ਅਮਰੀਕਾ ਦੇ ਜਿਹੜੇ ਵੀ ਬੰਦੇ ਨੇ ਘਰੋਂ ਟਰੈਕਟਰ ਹੱਕਿਆ ਸੀ ਉਦੋਂ 26 ਨਵੰਬਰ ਨੂੰ ਤਾਂ ਹਰ ਬੰਦੇ ਦੀ ਜ਼ਬਾਨ ਤੇ ਗੱਲ ਸੀ ਕਿ ਭਾਈ 6-6 ਮਹੀਨੇ ਤਾਂ ਰਾਸ਼ਨ ਟਰਾਲੀ 'ਚ ਸਿੱਟ ਲਓ। ਸੋ ਹਜੇ ਤਾਂ ਮੇਰੇ ਖਿਆਲ 'ਚ 4 ਹੀ ਹੋਏ ਹਨ। 2 ਮਹੀਨੇ ਹੋਰ ਪਏ ਅਜੇ। ਜਿਹੜੀ ਸਹਜਤਾ ਨਾ ਇਨਸਾਨ ਦੀ ਜੋ ਮੈਂ ਦੇਖਦਾ ਹਾਂ ਨਾ ਜਿਵੇਂ ਅੱਜਕੱਲ੍ਹ ਬਾਲੇ ਤਾਂ ਨਹੀਂ ਪਰ ਬਹੁਤ ਸਾਰੇ ਸੱਜਣਾ ਦੀਆਂ ਗੱਲਾਂ ਤੋਂ ਦੇਖਦਾ ਹੁੰਦਾ ਕਿ ਬਹੁਤ ਕਾਲੀ ਚ ਨੇ ਕਿ ਦਿੱਲੀ ਜਾਈਏ, ਠੜਕਾ ੜਕਾ ਜਿਹਾ ਕਰੀਏ ਤੇ ਬਿੱਲ ਰੱਦ ਕਰਾ ਕੇ ਤੇ ਘਰੇ ਆ ਜੀ। ਮੇਰੇ ਖਿਆਲ 'ਚ ਐਦਾਂ ਨਹੀਂ ਹੁੰਦਾ। ਜੋ 26 ਤੋਂ ਬਾਅਦ ਦੀਆਂ ਗੱਲਾਂ ਜੇ ਆਪਾਂ ਕੋ ਕਰੀਏ ਤਾਂ ਉਸ ਤੋਂ ਬਾਅਦ ਸਰਕਾਰਾਂ ਨੂੰ ਥੋੜੀ ਜਿਹੀ ਰਿਲੈਕਸੇਸ਼ਨ ਜ਼ਰੂਰ ਮਿਲੀ ਕਿਉਂਕਿ ਜਦੋਂ ਅਸੀਂ ਆਪਸ ਦੇ ਵਿੱਚ ਉਹ ਜਾਨੀ ਸੋਸ਼ਲ ਮੀਡੀਆ ਤੇ ਹੋ ਗਏ ਕਿ ਮੈਂ ਫਲਾਣੇ ਨਾਲ ਆ ਮੈਂ ਫਲਾਣੇ ਨਾਲ ਆ ਮੈਂ ਫਲਾਣੇ ਨਾਲ ਕਿਤਨਾ ਕਹਿੰਦਾ ਸੀ ਸਕਿਪ ਕੀਤਾ ਉਸ ਚੀਜ਼ ਨੂੰ ਕਿ ਅਸੀਂ ਗਏ ਕਿਹੜਾ ਕੰਮ ਕਰਨ ਵਾਸਤੇ ਸੀ ਸਰਕਾਰਾਂ ਮੈਨੂੰ ਲੱਗਦਾ ਜੀ ਜਿੰਨਾ ਕੁ ਮੈਂ 5 ਮਹੀਨਿਆਂ ਚ ਦੇਖਿਆ ਪਰਖਿਆ ਚੁੱਪ ਤਾਂ ਨਹੀਂ ਖਰਬੰਦੀ ਗਏ ਇਹਨਾਂ ਦੀ ਚੁੱਪ ਚ ਵੀ ਰਾਜ਼ ਹੁੰਦਾ ਤੋਂ ਸਰਕਾਰਾਂ ਚੁੱਪ ਰਹੀ ਹੈਗੀ ਆਹ ਹੋਰ ਜਿਵੇਂ ਜਿਵੇਂ ਅਸੀਂ ਸਾਰੇ ਫੇਰ ਇੱਕ ਹੁੰਦੇ ਜਾਂਦੇ ਆ ਸਾਰੀਆਂ ਸਾਡੇ ਮਨੋਬਤਾ ਨਿਬੜਦੇ ਜਾਂਦੇ ਆ ਸਾਰੇ ਫੇਰ ਮੇਰੇ ਖਿਆਲ ਜੋ 26 ਨਵੰਬਰ ਨੂੰ ਸਾਡੇ ਚੱਕ ਜਿਹੜਾ ਕ੍ਰਾਂਤ ਸੀਗਾ ਸਾਡੇ ਚ ਕਲੈਬ੍ਰੇਸ਼ਨ ਬਣੀ ਹੋਈ ਸੀ ਅ ਅਰਦਾਸ ਹੈ ਕਿ ਪ੍ਰਮਾਤਮਾ ਗਿਆਉਣ ਵਾਲੇ 5-7 ਦਿਨਾਂ ਅਚ 10 ਦਿਨਾਂ ਚ ਤੁਸੀਂ ਫੇਰ ਦੇਖੋਗੇ ਸਾਰਿਆਂ ਜਿਹੜੇ ਤਾਂ ਨੀਡਰ ਲੋਕ ਐ ਸਿਆਣੇ ਲੋਕ ਐ ਜਿਨ੍ਹਾਂ ਨੂੰ ਪਤਾ ਹੈ ਕਿ ਇਸ ਅੰਦੋਲਨ ਦੀ ਕੀ ਮਹੱਤਤਾ ਹੈ ਉਹ ਨਹੀਂ ਡਰਨਗੇ ਉਹ ਪਿੱਛੇ ਵੀ ਨਹੀਂ ਹਟਣਗੇ ਕਿਉਂਕਿ ਇਹ ਵਾਕਿਆ ਯਾਰਪਰ ਦੀ ਲੜਾਈ ਹੈ ਨਹੀਂ ਤਾਂ ਅੱਜ ਤੱਕ ਅਸੀਂ ਵੀ ਚੁੱਪ ਕਰਕੇ ਬੈਹ ਜਾਂਦੇ। ਰਜ਼ਾਨਾ ਸਪੋਕਸਮੈਨ ਟੀਵੀ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਦੋਸਤੋ ਜੇਕਰ ਅਸੀਂ ਇਸ ਕਿਸਾਨੀ ਅੰਦੋਲਨ ਦੀ ਗੱਲ ਕਰੀਏ ਤਾਂ ਕਲਾਕਾਰਾਂ ਦਾ ਪੰਜਾਬ ਦੇ ਕਲਾਕਾਰਾਂ ਨੇ ਇੱਕ ਨਵਾਂ ਸਾਹਿਤ ਰਚਿਆ ਇੱਕ ਨਵੀਂ ਦਿਸ਼ਾ ਦਿਖਾਈ ਹੈ ਮੇਰਾ ਨਾਮ ਕਮਰ ਗਰੇਵਾਲ ਨੇ ਜੋ ਇਸ ਵਕਤ ਸ੍ਰੀ ਗੰਗਾ ਨਗਰ ਤੋਂ ਆਏ ਨੇ ਕਿਉਂਕਿ ਉਹ ਮਹਾਪੰਚਾਇਤ ਸੀਤ ਅੱਗੇ ਜੋ ਰੂਟ ਹੈ ਸ਼ਹਿਦੋਤਰ ਨੂੰ ਜਾ ਰਿਹਾ ਕਮਰ ਸਾਹਿਬ ਸ਼ਡਿਊਲ ਕਿੰਨਾ ਕੁ ਬਿਜ਼ੀ ਹੋ ਗਿਆ ਕਿਉਂਕਿ ਪਹਿਲਾਂ ਖਾੜਿਆਂ ਦਾ ਤਾਂ ਹੁੰਦਾ ਹੀ ਹੁੰਦਾ ਸੀ ਉਹਨਾਂ ਮਹਾਪੰਚਾਇਤਾਂ ਵੱਧ ਲੱਗਦੀਆਂ ਨੇ ਰਜ਼ੇਵਾ ਦਾ ਵੱਡੇ ਭਾਈ ਹੁੰਦਾ ਪਰ ਕੋਈ ਨਹੀਂ ਫਿਰ ਹੁਣ ਜਦੋਂ ਹੁਣ ਚੱਲੇ ਵਿਆਂ ਸਾਰੇ ਤਾਂ ਬਸ ਅਰਦਾਸ ਇੱਕ ਹੀ ਹੁੰਦੀ ਸੱਚੇ ਪਾਤਸ਼ਾਹ ਅਗੇ ਕੇ ਬਸ ਐ ਵੀ ਚਲੋ ਮੇਰੀ ਮਿਹਨਤਾਂ ਜੇ ਬਹੁਤ ਥੋੜੀ ਐ ਬਹੁਤ ਲੋਕ ਐ ਜਿਹੜੇ ਸੱਜਣ ਮੇਰੀ ਨਿਗਾ ਚ ਫਿਰਦੇ ਆ ਜਿਹੜੇ ਜਿਹੜੇ ਜਾਨੀ ਪਹਿਲੇ ਦਿਨੋਂ ਹੀ ਜਾਨੀ ਦਿਨ ਰਾਤ ਇੱਕ ਕੀਤੀ ਪਈ ਐ ਉਹ ਸਾਡਾ ਐ ਚੱਲ ਗਵਈਏ ਦਾ ਕੰਮ ਐ ਹੁੰਦਾ ਲੋਕ ਪਿਆਰ ਕਰਦੇ ਹੁੰਦੇ ਆ ਵੀ ਅਸੀਂ ਮਹੀਨੇ ਚ 5-7 ਦਿਨ ਵੀ ਐ ਦਿਖ ਜਾਈਏ ਨਾ ਤਾਂ ਸਾਡੇ 25 ਦਿਨ ਵੀ ਐ ਨਹੀਂ ਦਿਖਣ ਲੱਗ ਜਾਂਦੇ ਵੀ ਉਹ ਇਹ ਸਾਰਾ ਮਹੀਨਾ ਹੀ ਫਿਰਦੇ ਤੇ ਆਨਸਟਲੀ ਮੈਂ ਵੀ ਕੋਈ ਐ ਤਾਂ ਨਹੀਂ ਕਿ 6 ਮਹੀਨੇ ਤੋਂ ਜਾਨੀ ਦਿਨ ਰਾਤ ਇੱਕ ਕੀਤੀ ਹੋਈ ਐ ਠੀਕ ਹੈ ਪਰ ਹਾਜ਼ਰੀ ਰਹੀ ਹੈ ਤੇ ਪਰ ਜਿਵੇਂ ਹਾਂ ਠੀਕ ਹੈ no doubt ਵੱਧ ਹੈ ਤੇ ਪਰ ਹੁਣ ਨਹੀਂ ਕੋਈ ਨਹੀਂ ਹੁਣ ਇਸ਼ਕ ਜਿਹਾ ਬਣਿਆ ਹੋਇਆ ਹੈ ਇਸ ਮੋਰਚੇ ਦੇ ਨਾਲ ਰਲ ਮਿਲ ਕੇ ਲੜਾਂਗੇ ਸਾਰੇ ਭਰਾ ਇਸ਼ਕ ਬਣਿਆ ਹੋਇਆ ਲੜ ਮਿਲ ਕੇ ਰਲ ਮਿਲ ਕੇ ਲੜਾਂਗੇ ਪਰ ਜਦੋਂ ਇਸ਼ਕ ਦੀ ਗੱਲ ਕਰਦੇ ਆਂ ਤਾਂ ਕੀ ਲੱਗਦਾ ਹੈ ਅਸੀਂ ਤਕਰੀਬਨ 6 ਮਹੀਨੇ ਪਾਰ ਕਰ ਚੁੱਕੇ ਆਂ ਦਿੱਲੀ ਦੇ ਬਾਡਰਾਂ ਤੇ ਅਸੀਂ ਤਕਰੀਬਨ ਕਿੰਨੇ 110 ਦਿਨ ਪਾਰ ਕਰ ਚੁੱਕੇ ਆਂ ਉਹ ਕਿਤੇ ਸਿਰੇ ਚੜਦਾ ਨਜ਼ਰ ਨਹੀਂ ਆ ਰਿਹਾ ਮੈਨੂੰ ਲੱਗਦਾ ਇੱਕ ਤਰਫਾ ਜਿਹਾ ਹੀ ਆ ਇਹ ਤੱਕ ਤਾਂ ਦੇਖੋ ਆ ਰਾਜਨੀਤੀ ਦੀ ਕੋ ਜੇ ਤੁਸੀਂ ਆਖੋ ਮੈਨੂੰ ਕੋਈ ਬਾਲੀ ਸਮਝ ਆਏਗੀ ਤਾਂ ਨਹੀਂ ਮੇਰਾ ਕੋਈ ਇਹ ਫੀਲਡ ਨਹੀਂ ਹੈ ਤਾਂ ਸਿਸਟਮ ਦੇ ਨਾਲ ਲੜਾਈ ਹੈ ਸੈਂਟਰ ਗਵਰਨਮੈਂਟ ਨਾਲ ਲੜਾਈ ਹੈ ਜੋ ਅਸੀਂ ਬਜ਼ੁਰਗਾਂ ਤੋਂ ਸੁਣਿਆ ਜੋ ਆਪ ਤੋਂ ਵੱਡਿਆਂ ਤੋਂ ਸੁਣਿਆ ਤਾਂ ਉਹ ਤਾਂ ਇਹ ਹੈ ਕਿ ਪਹਿਲੇ ਦਿਨ ਜਦੋਂ ਇੱਥੇ ਆਪਾਂ ਪੰਜਾਬ ਦੇ ਵਿੱਚ ਜਿਹੜੀ ਅਨਾਊਂਸਮੈਂਟ ਹੋਈ ਸੀ ਉਹ ਜਿਹੜੀ ਅਨਾਊਂਸਮੈਂਟ ਹੋਈ ਸੀ ਉਹ ਭਵੇਂ ਟੋਲ ਪਲਾਜ਼ਾਂ ਤੇ ਹੁੰਦੇ ਸੀ ਆਪਣਾ ਧਰਨੇ ਲੱਗੇ ਹੁੰਦੇ ਸੀ ਭਵੇਂ ਉਹ ਰੇਲਵੇ ਲਾਈਨਾਂ ਤੇ ਲੱਗੇ ਸੀ પેટ્રોલ ਪੰਪਾਂ ਤੇ ਲੱਗੇ ਸੀ ਤੁਸੀਂ ਨਾਲ ਹੀ ਸੀ ਸਾਰੇ ਆਪਾਂ ਮੇਰੇ ਖਿਆਲ ਚ ਸਾਰੇ ਇਕੱਠੇ ਹੀ ਸੀ ਉਦੋਂ ਦੇ ਤਾਂ ਉਦੋਂ ਦੋ ਗੱਲਾਂ ਸੁਣੀਆਂ ਸੀ ਕਿ ਭਾਈ ਇਹ ਜਿਹੜੀਆਂ ਲੜਾਈਆਂ ਨੇ ਤਾਂ ਇਹ ਤਾਂ ਸਾਲਾ ਬੱਦੀ ਵੀ ਚਲਦੀਆਂ ਹੁੰਦੀਆਂ ਤਾਂ ਹੁਣ ਵੀ ਜਦੋਂ ਚੱਲੇ ਸੀ ਤਾਂ 6-6 ਮਹੀਨੇ ਦਾ ਸਾਰਿਆਂ ਨੇ ਕਿਹਾ ਸੀ ਮੇਰੇ ਖਿਆਲ ਸੇ ਜਿਹੜੇ ਵੀ ਬੰਦੇ ਨੇ ਘਰੋਂ ਟਰੈਕਟਰ ਹੱਕਿਆ ਸੀ ਉਦੋਂ 26 ਨਵੰਬਰ ਨੂੰ ਤਾਂ ਹਰ ਬੰਦੇ ਦੀ ਜ਼ੁਬਾਨ ਤੇ ਗੱਲ ਸੀ ਕਿ ਭਾਈ 6-6 ਮਹੀਨੇ ਦਾ ਰਾਸ਼ਨ ਟਰਾਲੀ 'ਚ ਸੱਟ ਲਿਓ ਸੋ ਹਜੇ ਤਾਂ ਮੇਰੇ ਖਿਆਲ ਚ 4 ਹੀ ਹੋਏ ਆ ਜੀ 2 ਮਹੀਨੇ ਹੋਰ ਪਏ ਆ ਹਜੇ ਬਾਕੀ ਇਹ ਹੈ ਕਿ ਜਦੋਂ ਪੁਰਾਣੇ ਅੰਦੋਲਨਾਂ ਦੀ ਗੱਲ ਕਰਦੇ ਹਾਂ 1907 ਵਾਲੇ ਅੰਦੋਲਨ ਦੀ ਗੱਲ ਕਰਦੇ ਹਾਂ ਤਾਂ ਫਿਰ ਉਹ ਤਾਂ ਉਹ ਤਾਂ ਇਹਨਾਂ ਤੋਂ ਵੀ ਲੰਬੇ ਚੱਲੇ ਸੀ ਸੋ ਕਿਤੇ ਨਾ ਕਿਤੇ ਨਾ ਇੱਕ ਚੀਜ਼ ਦਾ ਅਸਰ ਹੁੰਦਾ ਹੈ ਜਿਹੜੀ ਸਹਜਤਾ ਨਾ ਇਨਸਾਨ ਦੀ ਜੋ ਮੈਂ ਦੇਖਦਾ ਹਾਂ ਨਾ ਜਿਵੇਂ ਅੱਜ ਕੱਲ ਬਾਲੇ ਤਾਂ ਨਹੀਂ ਪਰ ਬਹੁਤ ਸਾਰੇ ਸੱਜਣਾ ਦੀਆਂ ਗੱਲਾਂ ਚੋਂ ਦੇਖਦਾ ਹੁੰਦਾ ਕਿ ਬਹੁਤ ਕਾਲੀ ਚ ਨੇ ਜੀ ਕਿ ਦਿੱਲੀ ਜਾਈਏ ਖੜਕਾ ਦੜਕਾ ਜਾ ਕਰੀਏ ਤੇ ਬਿੱਲ ਰੱਦ ਕਰਾ ਕੇ ਤੇ ਘਰੇ ਆ ਜਾਈਏ ਮੇਰੇ ਖਿਆਲ ਚ ਐਦਾ ਨਹੀਂ ਹੁੰਦਾ ਹੁੰਦਾ ਸੋ ਸਹਜਤਾ ਹੈ ਨਾ ਜਿਹੜੀ ਜਦੋਂ ਅ 100 ਤੇ 14 ਸਾਲ ਪਿੱਛੇ ਜਾ ਕੇ ਗੱਲ ਕਰੀਏ ਭਾਏ 1907 1900 114 ਸਾਲ ਪਹਿਲਾਂ ਲੋਕਾਂ ਦਾ ਲਾਈਫ ਸਟਾਈਲ ਹੋਰ ਸੀ ਲੋਕਾਂ ਦੇ ਪਹਿਰਾਵੇ ਹੋਰ ਸੀ ਲੋਕਾਂ ਦੇ ਖਾਣ ਪੀਣ ਹੋਰ ਸੀ ਲੋਕਾਂ ਦੇ ਘਰਾਂ ਦੇ ਸਟਰਕਚਰ ਹੋਰ ਸੀ ਉਹਦੇ ਨਾਲ ਨਾਲ ਫਿਰ ਸਾਰੀ ਤਬੀਅਤ ਹੀ ਹੋਰ ਸੀ ਕਿਤੇ ਨਾ ਕਿਤੇ ਗੁਰੂ ਦੇ ਨਾਲ ਗੱਲਬਾਤ ਜ਼ਿਆਦਾ ਹੁੰਦੀ ਸੀ ਹੋਂਦ ਮਹਿਸੂਸ ਜ਼ਿਆਦਾ ਹੁੰਦੀ ਸੀ ਹੌਲੀ ਹੌਲੀ ਜਿਵੇਂ ਜਿਵੇਂ ਠੀਕ ਹੈ ਅਸੀਂ ਅੱਜ ਕੱਲ ਜਿਵੇਂ ਮਾਰਨਾ ਕਹਿੰਦੇ ਕਿ ਡਿਜੀਟਲ ਇੰਡੀਆ ਹੈ ਅਸੀਂ ਐਡਵਾਂਸ ਤਾਂ ਬਹੁਤ ਹੋ ਗਏ ਪਰ ਕਿਤੇ ਨਾ ਕਿਤੇ ਉਹ ਸਹਜਦਾ ਅਸੀਂ ਅੰਦਰੋਂ ਗਵਾ ਕੇ ਬਹਿ ਗਏ ਮੈਂ ਤੁਹਾਡੀ ਗੱਲ ਕੱਟਣ ਪਰ ਬੜਾ ਚੰਗਾ ਲੱਗਿਆ ਕਿ ਜਿਸ ਤਰੀਕੇ ਤੁਸੀਂ ਗੀਤ ਗਾਉਨੇ ਹੋ ਨਾ ਵੀ ਖੜਕੜਰ ਕਰ ਨਹੀਂ ਕਰਕੇ ਜਾਂ ਕਰਕੇ ਹਲ ਨਹੀਂ ਹੋਣਾ ਉਦਾਂ ਦੀ ਬਿਰਤੀ ਵਾਕਈ ਤੁਹਾਡੀ ਹੈਗੀ ਤੁਸੀਂ ਗੱਲ ਵੀ ਉਹ ਕਹੀ ਕਿ ਕੁਝ ਲੋਕਾਂ ਵਿੱਚ ਸਹਿਨਸ਼ੀਲਤਾ ਨਹੀਂ ਹੈਗੀ ਤਾਂ ਇਹ ਕਿਤੇ ਨਾ ਕਿਤੇ ਚਾਹੁੰਦੇ ਨੇ ਵੀ 10 ਦਿਨਾਂ ਦੇ 2-4 ਦਿਨਾਂ ਜਾਂ ਨਿਬੜ ਜੇ ਫਟਾਫੜ ਨੇ ਬਿਲਕੁਲ ਨਹੀਂ ਮੈਂ ਦੇਖੋ ਗੀਤ ਮੈਂ ਵੀ ਗਾਈ ਇਸ ਚੀਜ਼ ਮੈਂ ਵੀ ਐਡ ਆਨ ਕਰ ਦਿਆਂ ਗੀਤ ਅਸੀਂ ਵੀ ਗਾਏ ਪੇਚਾ ਪੈ ਗਿਆ ਸੈਂਟਰ ਨਾਲ ਪਰ ਉਹ ਗੀਤ ਜੇ ਅੱਜ ਗਾਵਾਂ ਮੈਂ ਮੈਨੂੰ ਅੱਜ ਨਹੀਂ ਚੰਗਾ ਲੱਗਣਾ ਗੀਤ ਕਿਉਂਕਿ ਅੱਜ ਅਜੋ ਅੰਦੋਲਨ ਦਾ ਉਹ ਟੇਸਟ ਨਹੀਂ ਹੈਗਾ ਉਹ ਫਲੇਵਰ ਨਹੀਂ ਹੈਗਾ ਅੰਦੋਲਨ ਦਾ ਉਦੋਂ ਸੀ ਕਿ ਚਲੋ ਭਾਈ ਹੁਣ ਸੱਟ ਲੋ ਟਰਾਲੀਆਂ ਚ ਪਰਾਲੀ ਪੇਚਾ ਸੈਂਟਰ ਨਾਲ ਪੈਗਾ ਖਚਲੋ ਤਿਆਰੀ ਖਚਲੋ ਤਿਆਰੀ ਕਿ ਕਹਿਣ ਦਾ ਮਤਲਬ ਉਹ ਕੀ ਸੀ ਚਲੋ ਆਪਾਂ ਦਿੱਲੀ ਚਲੀਏ ਹੌਲੀ ਹੌਲੀ ਉੱਥੇ ਪੋ ਮਾਗਦੀਆਂ ਠੰਡਾ ਆਈਆਂ ਤਾਂ ਫਿਰ ਹਰਫ ਨੇ ਉਹ ਗੀਤ ਲਿਖਿਆ ਸੀ ਮਾਟੀ ਵੀਰ ਨੇ ਕੈਨੇਡਾ ਤੋਂ ਸਾਡਾ ਭਰਾ ਸਾਡੇ ਲਈ ਕਿਲੇ ਬਣ ਗਈਆਂ ਸੜਕਾਂ ਨੇ ਪਾਤਸ਼ਾਹ ਤੇ ਵਿੱਚ ਵਿੱਚ ਜਦੋਂ ਨੌਜਵਾਨਾਂ ਨਾਲ ਬਹਿ ਕੇ ਗੱਲਾਂ ਕਰਦੇ ਸੀ ਉੱਥੇ ਬਜ਼ੁਰਗ ਪਿਓ ਸਾਡੇ ਦੇਖਦੇ ਸੀ ਬਾਵਾ ਬੈਠੀਆਂ ਸੀ ਹਨਾ ਉਹਨਾਂ ਨੂੰ ਦੇਖ ਕੇ ਨੌਜਵਾਨਾਂ ਨਾਲ ਗੱਲ ਕਰਨ ਨੂੰ ਜੀ ਕਰਦਾ ਸੀ ਰੱਖੀ ਬੇਬੇ ਬਾਪੂ ਦਾ ਖਿਆਲ ਨੌਜਵਾਨੀ ਸੋ ਮੇਰੇ ਖਿਆਲ ਚ ਟਾਈਮ ਟੂ ਟਾਈਮ ਜੋ ਜੋ ਭਾਵਨਾ ਬਣਦੀ ਗਈ ਮੇਰੇ ਖਿਆਲ ਚ ਐਸਾ ਗਵਈਆ ਉਹ ਸਾਡੇ ਫਰਜ਼ ਸੀ ਔਰ ਉਹ ਫਰਜ਼ ਮੈਂ ਔਰ ਹਰਫ ਨੇ ਅਸੀਂ ਅਦਾ ਕੀਤੇ ਤੇ ਬਾਕੀ ਜਿਹੜੇ ਵੀ ਸਾਡੇ ਕਲਾਕਾਰ ਭਰਾ ਸੀ ਚਲੋ ਇੰਡਸਟਰੀ ਤੇ ਐਸ ਕਰਕੇ ਐਸ ਕਰਕੇ ਬਹੁਤ ਜਣੀ ਮ ਚਲੇ ਸੀ ਭਾਵੇਂ ਫਿਲਮ ਆਰਟਿਸਟ ਸੀਗੇ ਭਾਵੇਂ ਸਾਡੇ ਮਿਊਜ਼ਿਕ ਇੰਡਸਟਰੀ ਵਾਲੇ ਸੀ ਸਾਰਿਆਂ ਨੇ ਕੰਟਰੀਬਿਊਟ ਕੀਤਾ ਹੀ ਹੈ ਪਰ ਟਾਈਮ ਟੂ ਟਾਈਮ ਮੇਰੇ ਖਿਆਲ ਚ ਜਣੀ ਉਹ ਟੇਸਟ ਹੋ ਨਹੀਂ ਰਹਿੰਦਾ ਜਿਵੇਂ ਹੁਣ ਆਪਾਂ ਕਹਿ ਰਹੇ ਹਾਂ ਕਿ ਅੰਦੋਲਨ ਦੇ ਪੜਾਅ ਬਦਲਦੇ ਗਏ ਬਦਲਦੇ ਗਏ ਬਹੁਤ ਸਾਰੀਆਂ ਕੰਟਰੋਵਰਸੀਆਂ ਹੋਈਆਂ ਵਿੱਚ ਬਹੁਤ ਸਾਰੇ ਕੋਈ ਮਨ ਮਟਾਵ ਵੀ ਆਏ ਪਰ ਹੌਲੀ ਹੌਲੀ ਫੇਰ ਹੁਣ ਮੋਰਚਾ ਹੋਰ ਪਾਸੇ ਨੂੰ ਤੁਰਿਆ ਜਾਂਦਾ ਸੋ ਮੈਨੂੰ ਲੱਗਦਾ ਸਮੇਂ ਦੇ ਨਾਲ-ਨਾਲ ਚੱਲਣਾ ਤੇ ਉਸ ਚੀਜ਼ ਨੂੰ ਸਮਝਦੇ ਰਹਿਣਾ ਤੇ ਸਹਜਤਾ ਦੇ ਨਾਲ ਹਰ ਇੱਕ ਚੀਜ਼ ਨੂੰ ਸੋਲਵ ਕਰਦੇ ਜਾਣਾ ਮੇਰੇ ਖਿਆਲ ਚ ਜੱਤ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਬੇ ਮੋਰਚਾ ਹੋਰ ਕਿਸੇ ਪੜਾਵ ਵਾਲਾ ਹੋਰ ਦਿਸ਼ਾ ਵਾਲਾ ਸਰਕਾਰ ਦੀ ਇਸ ਟਾਈਮ ਸਰਕਾਰ ਦੀ ਚਾਲ ਨੂੰ ਕਿਵੇਂ ਦੇਖਦੇ ਹੋ ਕਿ ਸਰਕਾਰ ਨੇ ਬੜਾ ਕੁਝ ਕੀਤਾ ਤੁਸੀਂ ਵੀ ਆਪਦੇ ਗੀਤਾਂ ਰਾਈਆਂ ਸੁਚੇਤ ਪਹਿਲਾਂ ਕਰਦੇ ਰਹੇ ਹੋ ਜਾਂ ਆਪਣੇ ਭਾਸ਼ਣਾਂ ਵਾਲੇ ਕਰਦੇ ਰਹੇ ਹੋ ਕੀ ਮੌਜੂਦਾ ਤੁਹਾਨੂੰ ਲੱਗਦਾ ਹੈ ਵੀ ਸਰਕਾਰ ਦੀਆਂ ਪੁਰਾਣੀਆਂ ਚੱਲਾ ਫੇਲ ਹੋ ਗਈਆਂ ਮੌਜੂਦਾ ਸਰਕਾਰ ਚੁੱਪ ਕਰਕੇ ਬੈਠੀ ਹੈ ਦੇਖੋ ਸਰਕਾਰਾਂ ਮੈਨੂੰ ਲੱਗਦਾ ਜਿੰਨਾ ਕਿ ਮੈਂ 5 ਮਹੀਨਿਆਂ ਚ ਦੇਖਿਆ ਪਰਖਿਆ ਚੁੱਪ ਤਾਂ ਨਹੀਂ ਖਰਬੰਦੀਆਂ ਇਹ ਇਹਨਾਂ ਦੀ ਚੁੱਪ ਚ ਵੀ ਰਾਜ਼ ਹੁੰਦਾ ਸੋ ਕਿਉਂਕਿ ਇਹ ਆਇਆ ਤਾਂ ਹੈ ਨਹੀਂ ਉਹ ਕੋਈ ਪਿੰਡ ਲੈਵਲ ਦੀ ਕੋਈ ਕੋਈ ਸੰਸਥਾ ਹੈ ਸਾਰੇ ਇੰਡੀਆ ਨੂੰ ਹੈਂਡਲ ਕਰਨਾ ਹੈ ਸੈਂਟਰ ਗਵਰਨਮੈਂਟ ਕਹ ਦਿੰਨੇ ਆਪਾਂ ਸੋ ਬਹੁਤ ਵੱਡੇ ਆਈਟੀ ਸੈੱਲ ਨੇ ਬਹੁਤ ਵੱਡੀਆਂ-ਵੱਡੀਆਂ ਏਜੰਸੀਆਂ ਉਹਨਾਂ ਲਈ ਕੰਮ ਕਰ ਰਹੀਆਂ ਨੇ ਆਪਾਂ ਆਮ ਕਹਿੰਦੇ ਹੁਣੇ ਉੱਥੇ ਦਿੱਲੀ ਮੋਰਚੇ 'ਚ ਫਿਰਦੇ ਵੀ ਇਹ ਮਤ ਸਮਝ ਲਿਓ ਕਿ ਆਪਾਂ ਜੇ ਇੱਥੇ ਸਾਰੇ ਸਭਾ 'ਚ 10000 ਬੰਦੇ ਬੈਠੇ ਨੇ 10000 ਕਿਸਾਨ ਹੀ ਬੈਠੇ ਨੇ ਵੀ ਜਿਹੜੇ ਸਿਰਫ ਮੋਰਚਾ ਫਤਿਹ ਕਰਨ ਵਾਲੇ ਹੀ ਬੈਠੇ ਆ ਤਾਂ ਹੋ ਸਕਦਾ ਸਾਢੇ 4000ਾਂ ਦੀ ਗਿਣਤੀ 'ਚ ਉਹ ਵੀ ਬੈਠੇ ਆ ਜਿਹੜੇ ਇਕੱਲੇ-ਇਕੱਲੇ ਬੰਦੇ ਦੀ ਆਵਾਜ਼ ਸੁ ਸੋ ਐਦਾ ਤਾਂ ਨਹੀਂ ਕਿ ਚੁੱਪ ਬੈਠਦੀਆਂ ਉਹਨਾਂ ਦਾ ਪੇਪਰਵਰਕ ਤਾਂ ਚੱਲਦਾ ਰਹਿੰਦਾ ਹੈ ਪਰ ਆ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਕਾਫੀ ਗੱਲਾਂ ਇਦਾਂ ਦੀਆਂ ਹੋਈਆਂ ਜਿਵੇਂ 26 ਤੋਂ ਬਾਅਦ ਦੀਆਂ ਗੱਲਾਂ ਜੇ ਆਪਾਂ ਕੋਈ ਕਰੀਏ ਤਾਂ ਉਸ ਤੋਂ ਬਾਅਦ ਸਰਕਾਰਾਂ ਨੂੰ ਥੋੜੀ ਜੀ ਰਿਲੈਕਸੇਸ਼ਨ ਜ਼ਰੂਰ ਮਿਲੀ ਕਿਉਂਕਿ ਜਦੋਂ ਅਸੀਂ ਆਪਸ ਦੇ ਵਿੱਚ ਉਹ ਜਾਨੀ ਸੋਸ਼ਲ ਮੀਡੀਆ ਤੇ ਹੋ ਗਏ ਕਿ ਮੈਂ ਫਲਾਣੇ ਨਾਲ ਆ ਮੈਂ ਫਲਾਣੇ ਨਾਲ ਆ ਮੈਂ ਫਲਾਣੇ ਨਾਲ ਕਿਤੇ ਨਾ ਕਿਤੇ ਅਸੀਂ ਸਕਿਪ ਕੀਤਾ ਉਸ ਚੀਜ਼ ਨੂੰ ਕਿ ਅਸੀਂ ਗਏ ਕਿਹੜਾ ਕੰਮ ਕਰਨ ਵਾਸਤੇ ਸੀ 노 ਡਾਊਟ ਸਾਡੇ ਸਾਰੇ ਆਪਣੇ ਹੀ ਹੈ ਮੇਰਾ ਕਿਸੇ ਨਾਲ ਕੋਈ ਪਰਸਨਲੀ ਇਦਾਂ ਨਹੀਂ ਹੈ ਕਿ ਮੈਂ ਕਿਸੇ ਦੇ ਵਿਰੋਧ 'ਚ ਸਾਰੇ ਮੈਂ ਨੌ ਲਾ ਦਿੰਨਾ ਜਥੇਬੰਦੀਆਂ ਹੜਾ ਇੱਥੇ ਸਾਰਿਆਂ ਦੀ ਮਿਹਨਤ ਦੇਖੀ ਹੈ ਮੈਂ ਤਾਂ ਕਿਉਂਕਿ ਅਸੀਂ ਕਿਸੇ ਕੋਈ ਧਿਰ ਬਣ ਕੇ ਤਾਂ ਉੱਥੇ ਗਏ ਨਹੀਂ ਅਸੀਂ ਤਾਂ ਸਾਂਝੇ ਜੇ ਬਣ ਕੇ ਗਏ ਹਾਂ ਅਸੀਂ ਤਾਂ ਕਿਸਾਨਾਂ ਦੇ ਪੁੱਤ ਮਿੱਟੀ ਦੇ ਪੁੱਤ ਬਣ ਕੇ ਗਏ ਸੀ ਕਿ ਚਲੋ ਐਸ ਵੇਲੇ ਜੇ ਸਾਨੂੰ ਸਾਡੇ ਨਾਮ ਉਰੇ ਲੋਕ ਗਾਇਕ ਲੱਗਦਾ ਤਾਂ ਅਸੀਂ ਆਪਣਾ ਉਹ ਫਰਜ਼ਾਦਾ ਕਰੀਏ ਕਿ ਜੇ ਲੋਕਾਂ ਲੋਕ ਗਾਇਕ ਹੈ ਤਾਂ ਲੋਕਾਂ ਦੇ ਗਾਇਕ ਹੈ ਜੇ ਇਹਨਾਂ ਦੀਆਂ ਖੁਸ਼ੀਆਂ 'ਚ ਅਸੀਂ ਜਾ ਕੇ ਗਾਉਣੇ ਆ ਨੱਚਦੇ ਟੱਪਦੇ ਆ ਉਹਦੇ ਬਦਲੇ ਸਾਨੂੰ ਲੱਖਾਂ ਦੀ ਯਾਨੀ ਪੇ ਕਰਦੇ ਆ ਲੱਖਾਂ ਰੁਪਈਆ ਤਾਂ ਹੁਣ ਲੱਗਦਾ ਕਿ ਜੇ ਕੋਈ ਪ੍ਰੋਬਲਮ ਆਈ ਵੀ ਹੈ ਮੁਸੀਬਤ ਚ ਸਾਡਾ ਪਰਿਵਾਰ ਸਾਨੂੰ ਨਾਲ ਖੜਨਾ ਚਾਹੀਦਾ ਸੋ ਸਰਕਾਰਾਂ ਅਸੀਂ ਸਾਰੇ ਫੇਰ ਇੱਕ ਹੁੰਦੇ ਜਾਂਦੇ ਆ ਸਾਰੀਆਂ ਸਾਡੇ ਮਨੋਮਟਾ ਨਿਬੜਦੇ ਜਾਂਦੇ ਆ ਸਾਰੇ ਫੇਰ ਮੇਰੇ ਖਿਆਲ ਜੋ 26 ਨਵੰਬਰ ਨੂੰ ਸਾਡੇ ਚੱਕ ਜਿਹੜਾ ਕਰੰਟ ਸੀਗਾ ਸਾਡੇ ਚ ਕਲੈਬਰੇਸ਼ਨ ਬਣੀ ਹੋਈ ਸੀ ਅ ਅਰਦਾਸ ਹੈ ਕਿ ਪ੍ਰਮਾਤਮਾ ਗਿਆ ਉਹਨਾਂ ਵਾਲੇ 5-7 ਦਿਨਾਂ ਚ 10 ਦਿਨਾਂ ਚ ਤੁਸੀਂ ਫੇਰ ਦੇਖੋਗੇ ਸਾਰੀਆਂ ਜਿਵੇਂ ਅੱਜ ਆਪਾਂ ਸਟੇਜ ਤੇ ਵੀ ਬੋਲ ਕੇ ਆਏ ਆ ਕਿ 155 ਸਾਡੇ ਨੌਜਵਾਨ ਸੀ ਜਿਹੜੇ ਜਿਨ੍ਹਾਂ ਤੇ ਪਰਚੇ ਹੋਏ ਸੀ ਉਹਨਾਂ ਚ 142 ਆ ਪਰਸੋਂ ਦੀ ਖਬਰ ਹੈ ਪਰਸੋਂ ਮੈਂ ਦਿੱਲੀੋਂ ਆ 142 ਉਸ ਦਿਨ ਤੱਕ ਉਹ ਜਾਨੀ ਆ ਗਈ ਸੀ ਬਾਹਰ ਦਾ 89 ਜਿਹੜੇ ਭਰਾ ਸਾਡੇ ਰਹਿ ਗਏ ਉਹ ਵੀ ਆ ਇੱਕ ਦੋ ਜਰਾ ਦੋ ਤਿੰਨ ਨਾ ਚ ਆ ਜਾਣੇ ਤਾਂ ਹੌਲੀ ਹੌਲੀ ਮੇਰੇ ਖਿਆਲ ਚ ਮਾਹੌਲ ਫਿਰ ਉਦਾਂ ਦਾ ਬਣਦਾ ਹੁੰਦਾ ਸਰਕਾਰਾਂ ਫਿਰ ਬੋਲਣਗੀਆਂ ਸਰਕਾਰਾਂ ਫਿਰ ਬੋਲਣਗੀਆਂ ਪਰ ਤੁਸੀਂ ਲੱਖੇ ਸਹਾਣੇ ਦਾ ਜ਼ਿਕਰ ਕੀਤਾ ਸਰਕਾਰ ਜੋ ਸਕੰਜਾ ਨੌਜਵਾਨਾਂ ਦੇ ਕਾਸ ਰਹੀ ਹੈ ਲੱਖਾਂ ਸਹਾਣੇ ਵਿੱਚ ਇਹ ਪਗੋ ਪਗੌੜਾ ਕਰਾਰ ਦਿੱਤਾ ਹੋਇਆ ਲੱਖ ਰੁਪਏ ਦਾ ਨਾਮ ਹੈ ਤਾਂ ਉਹ ਸਕੰਜੇ ਨੂੰ ਕਿਵੇਂ ਦੇਖਦੇ ਹੋਣ ਸਰਕਾਰਾਂ ਦੀ ਇਸ ਨੀਤੀ ਨੂੰ ਕਿਵੇਂ ਦੇਖਿਆ ਜਾ ਰਿਹਾ ਕਿ ਜਿਸ ਤਰੀਕੇ ਨੌਜਵਾਨ ਅੱਗੇ ਵਧ ਰਿਹਾ ਸੀ ਜਾਂ ਨੌਜਵਾਨ ਨਾਲ ਸਾਥ ਦੇ ਰਿਹਾ ਸੀ ਤਾਂ ਉਹਨੂੰ ਹੁਣ ਕਾਨੂੰਨੀ ਕਾਰਵਾਈ ਦੇ ਦਾਅ ਪੇਚੇ ਢਾ ਲਿਆ ਜਾ ਰਿਹਾ ਦੇਖੋ ਜਿਹੜੇ ਤਾਂ ਨੇੜੇ ਲੋਕ ਐ ਸਿਆਣੇ ਲੋਕ ਐ ਜਿਨ੍ਹਾਂ ਨੂੰ ਪਤਾ ਹੈ ਕਿ ਇਸ ਅੰਦੋਲਨ ਦੀ ਕੀ ਮਹੱਤਤਾ ਹੈ ਉਹ ਨਹੀਂ ਡਰਨਗੇ ਉਹ ਪਿੱਛੇ ਵੀ ਨਹੀਂ ਹਟਣਗੇ ਕਿਉਂਕਿ ਇਹ ਵਾਕਈ ਯਾਰ-ਪਰ ਦੀ ਲੜਾਈ ਹੈ ਨਹੀਂ ਤਾਂ ਅੱਜ ਤੱਕ ਅਸੀਂ ਵੀ ਚੁੱਪ ਕਰਕੇ ਬੈਹ ਜਾਂਦੇ ਕਿਉਂਕਿ ਮੇਰੇ ਵੀ ਆਪਣੇ ਹੈ ਪ੍ਰੋਗਰਾਮ ਵੀ ਕਰਦਾ ਮੈਂ ਤਾ ਹੋਰ ਵੀ ਕੋਈ ਬਾਹਰ ਅੰਦਰ ਦੇ ਹੋਰ ਕੰਮ ਹੁੰਦੇ ਆ ਘਰ-ਬਾਰ ਦੇ ਵੀ ਕੰਮ ਹੁੰਦੇ ਆ ਕਈ ਵਾਰੀ ਸਿਹਤ ਵੀ ਲਾਉ ਨਹੀਂ ਕਰਦੀ ਹੁਣ ਜਦੋਂ ਦਿਨ ਰਾਤ ਉਰੇ ਹੀ ਫਿਰਦੇ ਆ ਖਾਣਾ ਪੀਣਾ ਵੀ ਓਦਾਂ ਨਹੀਂ ਰਹਿੰਦਾ ਪਰ ਜਿਵੇਂ ਤੁਹਾਨੂੰ ਮੈਂ ਸ਼ੁਰੂ ਚ ਆਖਿਆ ਸੀ ਨਾ ਕਿ ਇੱਕ ਇਸ਼ਕ ਹੁੰਦਾ ਹੈ ਜੀ ਕਿ ਜੇ ਅਸੀਂ ਪੰਜਾਬ ਦੇ ਪੁੱਤ ਆ ਮਿੱਟੀ ਦੇ ਪੁੱਤ ਆ ਜੇ ਵਾਕਈ ਅਸੀਂ ਸਟੇਜਾਂ ਤੋਂ ਕਹਿੰਨੇ ਆ ਇਹ ਗੱਲਾਂ ਕਿ ਕਿ ਮੇਰਾ ਆਪਣਾ ਪਰਿਵਾਰ ਸਾਰਾ ਹੈ ਜਦੋਂ ਸਾਰੇ ਪੰਜਾਬ ਨੂੰ ਮੈਂ ਹੈਲੀਕਾਪਟਰ ਸ਼ਾਟ ਨਾਲ ਦੇਖਦਾ ਕਿ ਮੇਰਾ ਇੱਕ ਪਰਿਵਾਰ ਹੈ ਔਰ ਇਸ ਵੇਲੇ ਤਾਂ ਹਾਲਾਤ ਇਦਾਂ ਦੇ ਬਣੇ ਕਿ ਸਾਰਾ ਮੁਲਕ ਹੀ ਆਪਦਾ ਪਰਿਵਾਰ ਲੱਗ ਜਾਂਦਾ ਹੁਣ ਜਿਵੇਂ ਗੰਗਾ ਨਗਰ ਹੈ ਸ਼ ਪਰ ਹੁਣ ਆਏ ਨਹੀਂ ਕਹਿ ਸਕਦਾ ਕਿ ਇਹ ਕੋ ਮੇਰਾ ਆਪਣਾ ਨਹੀਂ ਹੈ ਹਣਾ ਕਦੇ ਹਰਿਆਣੇ ਚੋਂ ਨੇ ਆਏ ਨਹੀਂ ਕਹਿ ਸਕਦੇ ਕਿ ਹਰਿਆਣਾ ਕੋਈ ਹੋਰ ਹੈ ਨਹੀਂ ਹੁਣ ਸਾਰਾ ਇੱਕ ਲੱਗਦਾ ਤਾਂ ਜਿਹੜੇ ਤਾਂ ਇਸ ਭਾਵਨਾ ਨਾਲ ਦੇਖ ਰਹੇ ਆ ਉਹ ਨਹੀਂ ਡਰਨਗੇ ਉਹ ਪਿੱਛੇ ਵੀ ਨਹੀਂ ਹਟਣਗੇ ਤੇ ਬਾਕੀ ਆਏ ਆ ਆ ਸਾਰੇ ਨਾਲ ਖੜੇ ਆ ਜੇ ਲੱਖੇ ਵੀਰ ਦੀ ਗੱਲ ਕਰਾਂ ਮੈਂ ਦੀਪ ਵੀਰ ਦੀ ਗੱਲ ਕਰਾਂ ਤਾਂ ਅਸੀਂ ਸਾਰੇ ਖੜੇ ਆ ਬਸ ਸਾਡੀ ਪ੍ਰੋਬਲਮ ਥੋੜੀ ਜਿਹੀ ਇੰਨੀ ਵੀ ਜ਼ਰੂਰਦੀ ਅਸੀਂ ਬਾਲਾ ਰੌਲਾ ਪਾਉਣ ਵਾਲੇ ਨਹੀਂ ਹੈਗੇ ਔਰ ਰੋਜ਼ ਮੈਥੋਂ ਫੋਨ ਜਾ ਲੈ ਕੇ ਤੇ ਲਾਈਵ ਜਾ ਹੋ ਕੇ ਵੀ ਮੈਂ ਫਲਾਣੇ ਨਾਲ ਮੈਂ ਫਲਾਣੇ ਨਾਲ ਮੇਰੀ ਉਦਾਂ ਦੀ ਤਬੀਅਤ ਨਹੀਂ ਹੈਗੀ ਹੁਣ ਜਿਵੇਂ ਕਿ ਅਸੀਂ ਆ ਹਰਿੰਦਰ ਪ ਆ ਲੱਖੇ ਵੀਰ ਨੂੰ ਲੈ ਕੇ ਸਾਡੀਆਂ 5-6 ਮੀਟਿੰਗਸ ਹੋ ਗਈਆਂ ਅਸੀਂ ਜਥੇਬੰਦੀਆਂ ਨੂੰ ਬੇਨਤੀ ਕੀਤੀ ਹੈ ਪਿਛਲੀਆਂ 5-6 ਮੀਟਿੰਗਸ ਦੇ ਵਿੱਚ ਹੀ ਕਿ ਕਿ ਸਾਨੂੰ ਇਦਾਂ ਨਹੀਂ ਕਰਨਾ ਚਾਹੀਦਾ ਹੜਾ ਜੇ ਅੱਜ ਕਿਸੇ ਤੇ ਪਰਚਾ ਹੋਇਆ ਹੈ ਜਿਵੇਂ ਬਾਕੀਆਂ ਲਈ ਖੜੇ ਹੋ ਤਾਂ ਉਹਨਾਂ ਲਈ ਵੀ ਤੁਹਾਨੂੰ ਉਹਦਾ ਸੇਮ ਬੋਲਣਾ ਚਾਹੀਦਾ ਸੋ ਮੇਰੇ ਖਿਆਲ ਚ ਪਰਮਾਤਮਾ ਸੁੱਖ ਰੱਖੇ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਕਿ ਜਥੇਬੰਦੀਆਂ ਵੱਲੋਂ ਵੀ ਇਸ ਗੱਲ ਦੀ ਅਨਾਉਂਸਮੈਂਟ ਸੁਣਨ ਨੂੰ ਮਿਲ ਸਕਦੀ ਹੈ ਕਿ ਅਸੀਂ ਲੱਖੇ ਦੇ ਨਾਲ ਖੜੇ ਹਾਂ ਸੋ ਜੇ ਭਾਈ ਆਏ ਆ ਅਸੀਂ ਰੌਲਾ ਪਾਉਣ ਵਾਲੇ ਨਹੀਂ ਹੈਗੇ ਬਾਲਾ ਅਸੀਂ ਸਾਰੇ ਭਰਾ ਜਿੰਨੇ ਵੀ ਹੈਗੇ ਭਾਵੇਂ ਹਾਰਫ ਹੈ ਅਸੀਂ ਸਾਰੇ ਜਾਨੀ ਜਾਣਦੇ ਆ ਕਿਉਂਕਿ ਅਸੀਂ ਜਥੇਬੰਦੀਆਂ ਦੇ ਵੀ ਨਹੀਂ ਹੈਗੇ ਜੇ ਤੁਸੀਂ ਆਖੋ ਵੀ ਅਸੀਂ ਕੋਈ ਕੋਈ ਜਥੇਬੰਦੀਆਂ ਨਾਲ ਸਾਡੀ ਕੋਈ ਪੁਰਾਣੀ ਸਾਂਝ ਆ ਜਾਂ ਕੋਈ ਅਸੀਂ ਹੋਰ ਉਹਨਾਂ ਨਾਲ ਨਹੀਂ ਅਸੀਂ ਦਾ ਸਿਰਫ ਇਹ ਹੈ ਕਿ ਬੈਲ ਰੱਦ ਚਾਹੁੰਦੇ ਆ ਉਹਦੇ ਚ ਜੜੀਆਂ ਜੜੀਆਂ ਵੀ ਪਾਰਟੀਆਂ ਕੰਮ ਕਰ ਰਹੀਆਂ ਨੇ ਉਹਨਾਂ ਚ ਨੋ ਡਾਊਟ ਜਥੇਬੰਦੀਆਂ ਦਾ ਬਹੁਤ ਵੱਡਾ ਰੋਲ ਹੈ ਲੀਡ ਕਰ ਰਹੀਆਂ ਨੇ ਪਰ ਆਪਾਂ ਲੱਖੇ ਵੀਰ ਹੋਰਾਂ ਨੂੰ ਦੀਪ ਵੀਰ ਹੋਰਾਂ ਨੂੰ ਜਿੰਨਾ ਭਰਾਵਾਂ ਤੇ ਪਰਚੇ ਹੋਏ ਆ ਜਾਂ ਜਿੰਨੇ ਪਰਿਵਾਰ ਸਾਡੇ ਉੱਥੇ ਕਈ ਸੱਜਣ ਕਹਿੰਦੇ ਸੀ ਭਾਬੀ ਕਈ ਬਜ਼ੁਰਗ ਕਹਿੰਦੇ ਆ ਕਮਰ ਪੁੱਤ ਮੈਨੂੰ ਉਥੇ 100 ਦਿਨ ਹੋ ਗਏ ਇਹਨੂੰ ਪੁੱਤ ਮੈਂ ਨਹੀਂ ਗਿਆ ਘਰੇ ਹਣਾ ਤਾਂ ਅਸੀਂ ਉਹਨਾਂ ਨੂੰ ਨਹੀਂ ਖੋਲੇ ਕਰ ਸਕਦੇ ਤਾਂ ਫਿਰ ਇਹ ਨਹੀਂ ਕਹਿ ਸਕਦੇ ਕਿ ਜਥੇਬੰਦੀਆਂ ਵੀ ਕੱਲੀਆਂ ਜਥੇਬੰਦੀਆਂ ਨਹੀਂ ਸਾਰੇ ਹੀ ਸਾਡੇ ਲਈ ਖਾਸ ਨੇ ਜਿਨ੍ਹਾਂ ਜਿਨ੍ਹਾਂ ਨੇ ਵੀ ਲੱਖੇ ਵੀਰ ਹੋਰਾਂ ਨੇ ਪਿਛਲੇ 5 6 ਮਹੀਨਿਆਂ ਤੋਂ ਯਰ ਦਿਨ ਰਾਤ ਇਹ ਕਰ ਰੱਖਿਆ ਸੋ ਉਹਨਾਂ ਦੇ ਲਈ ਉਹ ਉਹ ਨਾਰਾ ਮਾਰਨਾ ਕਿ ਅਸੀਂ ਨਾਲ ਖੜੇ ਹਾਂ ਤਾਂ ਮੇਰੇ ਖਿਆਲ ਚ ਇਸ ਮੋਰਚੇ ਨੂੰ ਹੋਰ ਬਲ ਦੇਊਗਾ ਇੱਕ ਆਖਰੀ ਸਵਾਲ ਆ ਤੁਹਾਡੇ ਕੋਲ ਸਮਾਂ ਘਟਾਵਾਂ ਪਤਾ ਵੀ ਤੁਸੀਂ ਬੜੀ ਮੁਸ਼ਕਲ ਭਰੇ ਸਮੇਂ ਚੋਂ ਨਿਕਲ ਕੇ ਜ ਇੱਥੇ ਆਏ ਹੋ ਓਕੇ ਓਕੇ ਬੜੇ ਤੇ ਆਖਰੀ ਸਵਾਲ ਇਹ ਹੈ ਵੀ ਜਿਹੜਾ ਦਬਾਅ ਪੈ ਰਿਹਾ ਚਾਹੇ ਈਡੀ ਦਾ ਚਾਹੇ ਇਨਕਮ ਟੈਕਸ ਦਾ ਕਿਸ ਤਰੀਕੇ ਨਾਲ ਦਬਾਅ ਕਲਾਕਾਰਾਂ ਤੇ ਪੈ ਰਿਹਾ ਜਾਂ ਜੋ ਗੱਲਾਂ ਬਾਹਰ ਆ ਰਹੀਆਂ ਨੇ ਸੱਚ ਨੇ ਕੰਵਰ ਤੇ ਕੋਈ ਦਬਾਅ ਪੈ ਰਿਹਾ ਨਹੀਂ ਮੈਨੂੰ ਤਾਂ ਨਹੀਂ ਲੱਗਦਾ ਮੈਨੂੰ ਕਈ ਕਲਾਕਾਰਾਂ ਦਾ ਫੋਨ ਵੀ ਆਉਂਦਾ ਸੀ ਜਦੋਂ ਨਵੇਂ-ਨਵੇਂ ਚੱਲੇ ਸੀ ਤਾਂ ਕਈਆਂ ਦਾ ਫੋਨ ਆਉਣਾ ਮੈਨੂੰ ਮੇਰੇ ਭਰਾਵਾਂ ਦਾ ਹੀ ਹੈ ਤਾਂ ਸਾਰੇ ਮੇਰੇ ਆਪਣੇ ਸੀ ਵੀ ਭਾਈ ਐਂ ਕਰਕੇ ਅੱਜ ਨਾ ਰੇਡ ਪੈਣੀ ਹੈ ਇੱਕ ਦਿਨ ਫਿਰ ਮੇਰਾ ਇੱਕ ਭਰਾ ਹੈ ਸਿੰਗਰ ਮੈਂ ਨਾਂ ਤਾਂ ਨਹੀਂ ਲੈਂਦਾ ਮੈਨੂੰ ਫੋਨ ਕਰਿਆ ਭਾਈ ਕਹਿੰਦਾ ਅੱਜ ਈਡੀ ਦੀ ਰੇਡ ਪੈਣੀ ਹੈ ਹਣ ਜਦੋਂ ਤਿੰਨ ਚਾਰ ਫੋਨ ਹੋ ਗਏ ਹੁਣ ਸਮਝਦੇ ਨਾ ਗੱਲਾਂ ਨੂੰ ਮੈਨੂੰ ਆਪਦੇ ਹਾਲਾਤ ਵੀ ਪਤਾ ਹੈ ਫਿਰ ਮੈਂ ਉਹਨੂੰ ਆਖਿਆ ਮੈਂ ਕਿਹਾ ਗੱਲ ਸੁਣ ਮੇਰੀ ਮੈਂ ਤੁਮ ਇਥੋਂ ਉਮਰ ਚ ਛੋਟਾ ਹੈ ਤੂੰ ਦੁਨੀਆ ਵਿੱਚੋਂ ਵੱਧ ਦੇਖੀ ਵੀ ਹੈ ਫੋਨ ਫਾਨ ਜੇ ਵੱਧ ਦੇਖਦਾ ਤੂੰ ਮੈਥੋਂ ਮੈਂ ਪੜ੍ਹੇ ਲਿਖਾਈ ਵੱਧ ਹੈ ਪਰ ਮੈਂ ਮਤਨ ਇੱਕ ਮੋਟੀ ਗੱਲ ਦੱਸਦਾ ਮੈਂ ਕਿਹਾ ਈਡੀ ਫਿਲਮਾਂ ਚ ਦੇਖਿਆ ਨਾ ਈਡੀ ਦੀ ਰੇਡ ਮੈਂ ਕਿਹਾ ਆਪਾਂ ਨੂੰ ਕੋਈ ਵੈਸੇ ਹੀ ਫੋਨ ਕਰਦੇ ਵੀ ਅੱਜ ਤੁਹਾਡੇ ਤੇ ਈਡੀ ਦੀ ਰੇਡ ਪੈਣੀ ਹੈ ਮੈਂ ਕਿਹਾ ਅਸੀਂ ਉਹ ਹੀ ਹੱਥਾਂ ਪਹਰਾ ਚਾਏ ਨੇ ਈਡੀ ਮੈਂ ਕਿਹਾ ਪਤਾ ਕੀ ਹੁੰਦੀ ਹੈ ਛੋਟੇ ਵੀਰ ਈਡੀ ਹੁੰਦੀ ਹੈ ਫਿਲਮ ਤੇ 100 ਬੰਦਾ ਆਣ ਥਾਰ 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 ਘਰੇ ਵੱੜ ਜਾਂਦੇ ਤੇ ਉਸ ਘਰ ਦੇ ਘੱਟੋ ਘੱਟ 20-25 ਕਮਰੇ ਹੁੰਦੇ ਆ ਚਾਰ ਚਾਰ ਬੰਦੇ ਇੱਕ ਕਮਰੇ 'ਚ ਵੱੜ ਜਾਂਦੇ ਆ ਉਹ ਹੁੰਦੇ ਜਿਹੜੀ ਤੇ ਮੈਂ ਕਿਹਾ ਤੂੰ ਵੀ ਫਲੈਟ 'ਚ ਕਿਰਾਏ ਤੇ ਰਹਿਣਾ ਮਹਾਲੀ ਤੇ ਮੈਂ ਵੀ ਕਿਰਾਏ ਤੇ ਰਹਿਣਾ ਮੈਂ ਕਿਹਾ ਈਡੀ ਵਾਲਾ ਨੂੰ ਸ਼ਰਮ ਆਣੀ ਆ ਭਰਾ ਵੀ ਜਰਾ ਆ ਕਿਹੜੇ ਮਾਤਰਾ ਲੋਕਾਂ ਦੇ ਘਰੇ ਆਏ ਆ ਨਾ ਮੈਂ ਤੇ ਬਾਕੀ ਮੈਂ ਕਿਹਾ ਆਪਣੇ ਕੋਲੇ ਇੰਨਾ ਕੁਝ ਹੈ ਨਹੀਂ ਬਾਕੀ ਆਉਣਗੇ ਤਾਂ ਮੈਂ ਕਿਹਾ ਈਡੀ ਵਾਲਾ ਨੂੰ ਵੀ ਚਾਹ ਪ੍ਰਸ਼ਾਦਾ ਛਕਾ ਕੇ ਤੋੜ ਦਾਂਗੇ ਤੇ ਬਾਕੀ ਮੈਂ ਸਾਡੇ ਕੋਲ ਸਾਰਿਆਂ ਦਾ ਜਵਾਬ ਹੈਗਾ ਸਾਰੀਆਂ ਗੱਲਾਂ ਦਾ ਕਿਹੜੇ ਕਿੱਥੇ ਟੈਕਸ ਪੇ ਕਰਨੇ ਆ ਕਿੱਥੇ ਕਿ ਇੱਕ 8 ਘੰਟੇ ਕੰਮ ਕਰਕੇ 400 ਕਮਾ ਰਿਹਾ ਤੇ ਇੱਕ 2 ਘੰਟੇ ਨੱਚ ਕੇ ਤੇ 3-4 ਲੱਖ ਲੈ ਰਿਆ ਉਹ ਮਖਿਆ ਉਹਦੀ ਖੇਡ ਹੈ ਉਹਦੇ ਚ ਮੈਂ ਨਹੀਂ ਦਿੱਤਣਾ ਹਾਂ ਦਾ ਪਰ ਮਖਿਆ ਰਾਲਾ ਇਹ ਹੈ ਕਿ ਜੇ ਉਹਨੇ ਉਹਨੇ ਵੀ ਦਿੱਤਿਆ ਤਾਂ ਉਹ ਉੱਥੇ ਹੀ ਲੱਗਿਆ ਜਿੱਥੇ ਲੱਗਣੇ ਚਾਹੀਦੇ ਸੀ ਉਹਦੇ ਲਈ ਮੈਂ ਇਹ ਨਹੀਂ ਕਿ ਮਹਾਲੀ ਚ ਪਲਾਟ ਖਰੀਦ ਕੇ ਰੱਖ ਲੈ ਜਾਂ ਉੱਥੇ ਹੋਰ ਹੋ ਗਿਆ ਮਖਿਆ ਪਿੰਡ ਵਾਲੀ ਜ਼ਮੀਨ ਹੈ ਬਾਪੇ ਦੀ ਉਹ ਤੋਂ ਬਣਾ ਮਖਿਆ ਕੋਈ ਇੱਕ ਕੋੜਾ ਦਿਖਾ ਦੇ ਮੈਨੂੰ ਜਾਂ ਕੋਈ ਇੱਕ ਹੋਰ ਕੋਈ ਚੀਜ਼ ਦਿਖਾ ਦੇ ਕੋਈ ਕਿਤੇ ਮਹਾਲੀ ਚ ਕਿ ਵਰਲਡ ਵਾਈਡ ਦਿਖਾ ਦੇ ਕਿਤੇ ਵਿਆ ਕਮਰ ਦੀ ਪ੍ਰਾਪਰਟੀ ਵੀ ਹੈ ਸੋ ਮੈਨੂੰ ਨਹੀਂ ਲੱਗਦਾ ਜੇ ਕੋਈ ਪਹਿਲੀ ਗੱਲ ਤਾਂ ਇਦਾਂ ਦੀ ਕੋਈ ਪ੍ਰੋਬਲਮ ਆਈ ਨਹੀਂ ਸੀ ਤੇ ਬਾਕੀ ਮੈਂ 100% ਤ ਜੇ ਕੰਮਰ ਜਾਂਦੇ ਨੇ ਕੋਈ ਸੁਨੇਹਾ ਕਿਉਂਕਿ ਅਕਸਰ ਜੋ ਵੇਖਦੇ ਆਂ ਤੁਹਾਡੀ ਗੱਲ ਬਹੁਤ ਲੋਕ ਸੁਣਦੇ ਨੇ ਕੋਈ ਸੁਨੇਹਾ ਕਿਉਂਕਿ ਜੇ ਕਿਸਾਨੀ ਅੰਦੋਲਨ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਖੜੋਤ ਜਾਂ ਨਿਰਾਸ਼ਤਾ ਜ਼ਰੂਰ ਹੈ ਉਹਦੇ ਵਿੱਚ ਵੀ ਬਸ ਮੈਂ ਇੱਕ ਬੇਨਤੀ ਜ਼ਰੂਰ ਕਰੂੰਗਾ ਸਾਰਿਆਂ ਨੂੰ ਕਿ ਬਹੁਤ ਸਾਰੀਆਂ ਤਬੀਅਤਾਂ ਦੇ ਲੋਕ ਰਹਿੰਦੇ ਆ ਇਸ ਮੁਲਕ ਦੇ ਵਿੱਚ ਬਹੁਤ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ ਜਾਤਾਂ ਪਾਤਾਂ ਵੀ ਕੰਮ ਦੇ ਹਿਸਾਬ ਨਾਲ ਬਾਅਦ ਚ ਬਣ ਗਈਆਂ ਇਹ ਚੀਜ਼ਾਂ ਇਸ ਅੰਦੋਲਨ ਦੇ ਵਿੱਚ ਰਿਕਾਪਟ ਨਾ ਪਾਉਣ ਕੋਈ ਜਾਤ ਪਾਤ ਵਾਲਾ ਮਸਲਾ ਨਹੀਂ ਇੱਥੇ ਕਿਸਾਨ ਮਜ਼ਦੂਰ ਏਕਤਾ ਦਾ ਨਾਅਰਾ ਜਿਹੜਾ 6 ਮਹੀਨੇ ਤੋਂ ਲੱਗ ਰਿਹਾ ਇਸ ਕਰਕੇ ਜੇ ਉਹ ਤਾਂ ਹੀ ਲੱਗ ਰਿਹਾ ਜੇ ਉਹਨਾਂ ਦੀ ਏਕਤਾ ਹੈ ਜੇ ਦੋਨਾਂ ਨੂੰ ਅਸੀਂ ਇੱਕ ਬਰਾਬਰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉਸ ਤੋਂ ਬਾਅਦ ਇਹਨੂੰ ਧਰਮ ਵਾਲੇ ਪਾਸੇ ਨਾਲ ਲਿਆ ਜਾਵੇ ਧਰਮ ਦਾ ਮਸਲਾ ਨਹੀਂ ਹੈ ਇਹ ਕਿਸੇ ਸਿੱਖ ਦਾ ਮਸਲਾ ਨਹੀਂ ਹੈ ਇਹ ਕਿਸੇ ਹਿੰਦੂ ਭਰਾ ਦਾ ਮਸਲਾ ਨਹੀਂ ਹੈ ਕਿਸੇ ਮੁਸਲਮਾਨ ਭਰਾ ਦਾ ਮਸਲਾ ਨਹੀਂ ਹੈ ਇਹ ਮਸਲਾ ਮਿੱਟੀ ਦਾ ਮਸਲਾ ਹੈ ਸਾਡੀਆਂ ਆਉਣ ਵਾਲੀਆਂ ਨਸਲਾਂ ਦਾ ਮਸਲਾ ਹੈ ਇਸ ਕਰਕੇ ਇਸ ਚੀਜ਼ ਨੂੰ ਵੀ ਆਪਾਂ ਬਾਅਦ ਚ ਹੱਲ ਕਰ ਲਾਂਗੇ ਇਸ ਵੇਲੇ ਜਿਵੇਂ ਭਾਈਚਾਰਾ ਸਾਰਿਆਂ ਦਾ ਬਣਿਆ ਹੋਇਆ ਹੈ ਹਰਿਆਣਾ ਪੰਜਾਬ ਰਾਜਸਥਾਨ ਸਾਰੇ ਜਿੰਨੇ ਵੀ ਯੂਪੀ ਉੱਤਰਾਖੰਡ ਭਰਾ ਜੇ ਇਕੱਠੇ ਮੋਢੇ ਨਾਲ ਮੋਢਾ ਲਾ ਕੇ ਲੜਾਈ ਲੜਨ ਨੂੰ ਤਿਆਰ ਬੈਠੇ ਹੈ ਤਾਂ ਆਪਾਂ ਕੁਝ ਚੰਦਕ ਭਰਾ ਉਹਦੇ ਵਿੱਚ ਕੋਈ ਮੁਸੀਬ ਕਿ ਇਹਨਾਂ ਤਰ੍ਹਾਂ ਦੇ ਵਿੱਚ ਹੁਣ ਹੋਰ ਬਹੁਤ ਸਾਰੀਆਂ ਲੋੜਾਂ ਐ ਉੱਥੇ ਜਿਵੇਂ ਸਰਦੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸੀ ਜਿਹੜੀਆਂ ਅ ਬਹੁਤ ਸਾਰੇ ਜਿਹੜੇ ਡੋਨੇਟ ਕਰਨ ਵਾਲੇ ਭਰਾ ਭਾਵੇਂ ਸਾਡੀਆਂ ਐਨ ਆਰ ਆਈ ਪਰਿਵਾਰ ਸੀ ਸਾਡੇ ਬਾਹਰਲੇ ਮੁਲਖ ਵਾਲੇ ਭਾਵੇਂ ਇੱਥੋਂ ਇੰਡੀਆ ਚੋਂ ਅਸੀਂ ਬਹੁਤ ਡੋਨੇਟ ਕੀਤਾ ਉਹਨਾਂ ਨੇ ਐਸੇ ਵਾਰੀ ਵੀ ਹੁਣ ਜਦੋਂ ਅਸੀਂ ਜਾਂਦੇ ਆ ਮੈਂ ਹਜੇ ਪਰਸੂ ਹੀ ਆ ਤਾਂ ਉੱਥੇ ਐਸ ਵਾਰੀ ਦੇਖਦਾ ਸੀ ਮੈਂ ਕਿ ਬਹੁਤ ਸਾਰੀਆਂ ਚੀਜ਼ਾਂ ਹੁਣ ਜਿਵੇਂ ਇੱਕ ਤਾਂ ਗਰਮੀ ਚ ਬਾਈ ਪਾਣੀ ਦੀ ਬਹੁਤ ਲੋੜ ਪੈਣੀ ਐ ਪਾਣੀ ਦੀ ਬਹੁਤ ਲੋੜ ਪੈਣੀ ਐ ਸੋ ਇਹ ਚੀਜ਼ ਦਾ ਤੇ ਬਾਕੀ ਜਿਵੇਂ ਪੱਖੇ ਭੁੱਖੇ ਹਣਾ ਏਸੀਆਂ ਤੋਂ ਮੈਂ ਉੱਥੇ ਸਾਰੇ ਭਰਾਵਾਂ ਨੂੰ ਕਹਿ ਕੇ ਆਇਆ ਸੀ ਮੈਂ ਗਰੇਜ਼ ਕਰੋ ਬਖਿਆ ਆਪਾਂ ਲੜਾਈ ਲੜਨ ਵਾਸਤੇ ਆਏ ਵੇ ਆ ਬਖਿਆ ਏਸੀਆਂ ਉਸੀਆਂ ਵਾਲੀਆਂ ਕੰਮ ਇਹ ਆਪਾਂ ਕਰਦੇ ਚੰਗੇ ਨਹੀਂ ਲੱਗਦੇ ਠੀਕ ਆ ਜੇ ਕਿਸੇ ਨੇ ਨਹੀਂ ਮੰਨੀ ਤਾਂ ਇਹ ਤਾਂ ਹੈ ਨਹੀਂ ਕਿ ਕੋਈ ਮੇਰੀ ਕਵੈਡੀ ਹਿੰਮਤ ਕੇ ਮੈਂ ਕਿਸੇ ਦਾ ਜਾ ਕੇ ਏਸੀ ਲਾ ਲੇਵਾ ਨਹੀਂ ਪਰ ਜਾਨੀ ਇੱਕ ਵਿਜ਼ੂਅਲ ਹੀ ਚੰਗਾ ਨਹੀਂ ਲੱਗਦਾ ਕਿਉਂਕਿ ਸਰਕਾਰਾਂ ਫਿਰ ਆਈਟੀ ਸੈਲ ਏਜੰਸੀਆ ਇਸ ਗੱਲ ਦਾ ਪ੍ਰਚਾਰ ਕਰਦੀਆਂ ਵੀ ਇਹ ਕਾਦੀ ਲੜਾਈ ਲੜਨ ਆਇਆ ਤਾਂ ਏਸੀ ਲਾਈ ਬੈਠੇ ਇੱਥੇ ਹਣਾ ਤੇ ਬਾਕੀ ਇਹ ਆ ਕਿ ਸਾਡੀਆਂ ਸਾਡੇ ਸਾਡਾ ਚੰਮ ਚੱਲਦਾ ਹੈ ਨੱਚ ਜਾਨੂੰ ਹਣਾ ਸਾਡੇ ਅਸੀਂ ਉਹ ਲੋਕ ਆ ਜਿਨ੍ਹਾਂ ਨੇ ਹਲਵਾਏ ਹੈ ਬਲਦਾਂ ਦੀਆਂ ਜੋੜੀਆਂ ਦੇ ਨਾਲ ਹਣਾ ਹੁਣ ਵੀ ਭਾਵੇਂ ਆ ਹਾੜੀ ਆਜੂਗੀ ਤੁਸੀਂ ਅਪ੍ਰੈਲ 'ਚ ਦੇਖ ਲਿਓ ਭਾਵੇਂ ਪੂਰੀ ਲੋ ਪੈਂਦੀ ਹੁੰਦੀ ਹੈ ਪਰ ਫਿਰ ਵੀ ਥੜੇ ਤੋਂ ਤੁਹਾਨੂੰ ਬਾਹਰ ਜਾਣੀ ਉੱਤਖੜ ਦੁਪਹਿਰੇ ਆਣ ਸੂਰਜ ਦੀ ਆਣ ਥੱਲੇ ਸੋਨ 10 12 ਬਜ਼ੁਰਗ ਬੈਠੇ ਦੇਖਿਆਉਣਗੇ ਤੇ ਕਈ ਕਈ ਬਨਾਨ ਚ ਬੈਠੇ ਹੋਣਗੇ ਅਸੀਂ ਉਸ ਚੰਮ ਵਾਲੇ ਲੋਕਾਂ ਹਸਤਭੀਅਤ ਵਾਲੇ ਲੋਕਾਂ ਸੋ ਇਸ ਕਰਕੇ ਕਰ ਰਹੇ ਰਹੀਏ ਉੱਥੇ ਜਿਹੜੀਆਂ ਜਿਹੜੀਆਂ ਚੀਜ਼ਾਂ ਨੇ ਉਹ ਜ਼ਰੂਰ ਜਾਨੀ ਬਾਕੀ ਰੋਜ਼ਮਰ ਦੀ ਜ਼ਿੰਦਗੀ ਚ ਜਿਹੜਾ ਅੰਨ ਪਾਣੀ ਸਾਡਾ ਪੱਕਦਾ ਪ੍ਰਸ਼ਾਦਾ ਉਹ ਤਾਂ ਚਲੋ ਪਹੁੰਚਦਾ ਕਰੋ ਹੀ ਕਰੋ ਪਰ ਪਾਣੀ ਇੰਨੀ ਖਾਸ ਧਿਆਨ ਦੇਉ ਤੇ ਹੁਣ ਇੱਕ ਵਾਰੀ ਹੰਬਲਾ ਇਹ ਮਾਰ ਕੇ ਉੱਥੇ ਪੱਖੇ ਭੱਖੇ ਇੱਕ ਵਾਰੀ ਲੱਗ ਜਾਣ ਮਾੜਾ ਮੋਟਾ ਕੋਈ ਥੋੜਾ ਬਹੁਤਾ ਹਵਾ ਦਾ ਇੰਤਜ਼ਾਮ ਹੋ ਜਾ ਜਿਵੇਂ ਜਿਵੇਂ ਮੱਛ ਬਾਕੀ ਜਿਹੜੇ ਲੋਕ ਉਥੇ ਰੋਨੇਟ ਕਰਨ ਜਾਂਦੇ ਆ ਤਾਂ ਜਦੋਂ ਫਿਜ਼ੀਕਲੀ ਉਥੇ ਜਾ ਕੇ ਵਿਚਰਦੇ ਉਹਨਾਂ ਗੱਲਾਂ 'ਚ ਤਾਂ ਉਥੇ ਹੋਰ ਜਾਂ ਪਤਾ ਲੱਗਦੀ ਆ ਇਹ ਜ਼ਰੂਰ ਇੱਕ ਵਾਰੀ ਆਪਾਂ ਹੰਬਲਾ ਮਾਰ ਲਈਏ ਇੱਕ ਵਾਰੀ ਹੁਣ ਸੈਟਅਪ ਚੈੱਕ ਕਰਤਾ ਤਾਂ ਫਿਰ ਚਲੋ ਜਦੋਂ ਤੱਕ ਮਹਾਰਾਜ ਨੇ ਦਾਣਾ ਪਾਣੀ ਲਿਖਿਆ ਦਿੱਲੀ ਦਾ ਤਾਂ ਉਹ ਤੱਕ ਚੱਲਦਾ ਰਹਿਣਾ ਤੇ ਬਸ ਆਹੀ ਚੀਜ਼ਾਂ ਨਹੀਂ ਤਾਂ ਬਾਕੀ ਇਹ ਕਿ ਆ ਗੱਲਾਂ ਆਪਾਂ ਕਹਿਣੋ ਹਟ ਜੀਏ ਸਾਰੇ ਕਿ ਮੈਂ ਫਲਾਨੇ ਆਂ ਨਹੀਂ ਮੈਂ ਫਲਾਨੇ ਆਂ ਨਹੀਂ ਮੈਂ ਫਲਾਨੇ ਆਂ ਨਹੀਂ ਆਪਾਂ ਇੱਕੋ ਹੀ ਗੱਲ ਕਹੀਏ ਕਿ ਅਸੀਂ ਭਾਈ ਕਿਸਾਨ ਆਂ ਨਹੀਂ ਜਿਹੜੇ ਜਿਹੜੇ ਲੋਕ ਭਾਵੇਂ ਉਹ ਕੋਈ ਕਿਲੇ ਵਾਲਾ ਮਾਲਕਾ ਕੋਈ ਪੰਜ ਕਿੱਲਾਂ ਦਾ ਮਾਲਕ ਅਸੀਂ ਉਧਰ ਰਹੀਏ ਤੇ ਬਾਕੀ ਸਾਰਿਆਂ ਲਈ ਜਿਵੇਂ ਆਪਾਂ ਗੱਲ ਕਹੀ ਹੈ ਨਾ ਕਿ ਕਿਸੇ ਨਾਲ ਨਫ਼ਰਤ ਨਾ ਰੱਖੀਏ ਜੇ ਮੈਂ ਕਹੂੰਗਾ ਨਾ ਮੈਂ ਲੱਖੇ ਨਹੀਂ ਆ ਤੇ ਮੈਂ ਦੀਪ ਨਹੀਂ ਨਹੀਂ ਤੇ ਮੈਂ ਜਥੇਬੰਦੀਆਂ ਨਹੀਂ ਨਹੀਂ ਉਸ ਚੀਜ਼ ਦਾ ਮੈਂ ਨੁਕਸਾਨ ਕਰੂੰਗਾ ਜੇ ਮੈਂ ਕਹੂੰਗਾ ਕਿ ਮੈਂ ਇਕੱਲੇ ਦੀਪ ਨਹੀਂ ਆ ਜਾਂ ਮੈਂ ਕਹੂੰਗਾ ਇਕੱਲੇ ਜਥੇਬੰਦੀਆਂ ਨਹੀਂ ਜਿਹੜੀਆਂ ਗੱਲਾਂ ਨੇ ਸੋਸ਼ਲ ਮੀਡੀਆ ਤੇ ਕਮੈਂਟ ਲਿਖਣ ਦੀ ਬਜਾਏ ਮੈਂ ਕਹਿੰਦਾ ਕਿ ਜਾ ਕੇ ਉੱਥੇ ਆਪਾਂ ਜਥੇਬੰਦੀਆਂ ਦੀ ਹੱਕ ਚ ਵਜੀ ਉੱਥੇ ਜਾ ਕੇ ਸਿੱਧਾ ਕਹੀਏ ਕਿ ਭਾਈ ਆ ਗੱਲਾਂ ਠੀਕ ਕਰੋ ਸੋ ਮੈਨੂੰ ਲੱਗਦਾ ਕਿ ਜਿਵੇਂ ਹੁਣ ਅਸੀਂ ਸੀ ਪੰਜਾਰੀ ਗਏ ਆ ਮੈਂ ਅਸੀਂ ਹਰਿੰਦਰ ਆਰਪਾ ਅਸੀਂ ਕਿਆਸੀ ਅਸੀਂ ਅਰ ਉਹਨਾਂ ਨੂੰ ਕਲੀਅਰ ਕਹਤਾ ਜਸਤੇ ਬੰਦਿਆਂ ਨੂੰ ਵੀ ਵੀ ਮਤ ਸੋਚੋ ਕਿ ਅਸੀਂ ਤੁਹਾਡੇ ਵੱਲ ਨਹੀਂ ਠੀਕ ਹੈ ਤੁਸੀਂ ਲੀਡ ਕਰ ਰਹੇ ਹੋ ਇਸ ਕਰਕੇ ਅਸੀਂ ਤੁਹਾਡੀ ਰਿਸਪੈਕਟ ਕਰਦੇ ਹਾਂ ਤੁਸੀਂ ਉਮਰਾਂ ਚ ਵੱਡੇ ਹੋ ਇਸ ਕਰਕੇ ਤੁਹਾਨੂੰ ਅਸੀਂ ਬਾਪੂ ਕਹਿ ਕੇ ਬੁਲਾਉਣੇ ਆ ਜੋ ਸਾਡਾ ਫਰਜ਼ ਹੈ ਜੋ ਸਾਨੂੰ ਗਰਨਾਲਕ ਪਾਸ਼ਾ ਨੇ ਸਿਖਾਇਆ ਪਰ ਉਹਦੇ ਲਈ ਬਸ ਇਹ ਹੈ ਕਿ ਸਾਰੀਆਂ ਚੀਜ਼ਾਂ ਨੂੰ ਬੈਲੈਂਸ ਕਰਕੇ ਚੱਲੋ ਕਿ ਜੇ ਲੱਗਦਾ ਤੁਹਾਨੂੰ ਕਿ ਨੌਜਵਾਨ ਕੋਈ ਕੋਈ ਇਸ ਚੀਜ਼ ਨੂੰ ਲੈ ਕੇ ਤੁਹਾਡੇ ਨਾਲ ਨਾਰਾਜ਼ ਹੈ ਕਿ ਤੁਸੀਂ ਲਖੇ ਵੀਰ ਲਈ ਕਿਉਂ ਨਹੀਂ ਕਹਿ ਰਹੇ ਤੁਸੀਂ ਦੀਪ ਵੀਰ ਲਈ ਕਿਉਂ ਨਹੀਂ ਕਹਿ ਰਹੇ ਹਨ ਬਸ ਉਹਨਾਂ ਤੇ ਚਲੇ ਜਰੂਰ ਸਾਰਾ ਜਾਨੀ ਉਹਨਾਂ ਨੂੰ ਕਰਦੇ ਰਹਿਣਾ ਚਾਹੀਦਾ ਪਰ ਬਸ ਇਹ ਹੈ ਕਿ ਨਫਰਤ ਕਿਸੇ ਲਈ ਨਾ ਬੀਜੋ ਪਿਆਰ ਨਾਲ ਯਾਰਾ ਮਹਾਰਾਜ ਨੇ ਇਕੱਠ ਸਮਾ ਲੈਂਦਾ ਹੈ ਇੰਨੀ ਸੋਹਣੀ ਕੋਲਾਬ੍ਰੇਸ਼ਨ ਬਣਾਓ ਕਿ ਆਪਾਂ ਰਲ ਮਿਲ ਕੇ ਫੇਰ ਜਿਵੇਂ 26 ਨਵੰਬਰ ਨੂੰ ਆਪਾਂ ਜਾਨੀ ਇੱਕ ਚੜ੍ਹਦੀ ਕਲਾ ਨਾਲ ਏਡੇ ਵੱਡੇ ਵੱਡੇ ਕਾਫਲੇ ਬਣਾ ਕੇ ਦਿੱਲੀ ਨੂੰ ਗਏ ਸੀ ਇੱਕ ਵਾਰੀ ਮੈਂ ਕਹਿੰਦਾ ਫੇਰ ਉਸ ਤਰ੍ਹਾਂ ਦਾ ਕਲਚਰ ਡਵੈਲਪ ਕਰਕੇ ਦਿਖਾਈਏ ਸਾਰੇ ਤੇ ਫਿਰ ਸਰਕਾਰਾਂ ਨੂੰ ਚੁਕਣਾ ਪੈਣਾ ਸਰਕਾਰਾਂ ਨੂੰ ਚੁਕਣਾ ਪੈਣਾ ਹੈ ਹੁਣ ਦੇਖਣਾ ਇਹ ਹੈ ਕਿ ਕਦੋਂ ਸਰਕਾਰ ਚੁੱਕਦੀ ਹੈ ਡੈਡਲੌਕ ਟੁੱਟ ਕੇ ਡਾਇਲੌਗ ਕਦੋਂ ਸ਼ੁਰੂ ਹੁੰਦਾ ਹੈ ਤੇ ਡਾਇਲੌਗ